ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸੌਂਦੀ ਪੰਜਾਬ ਮੇਲ ਯੂਐਸਏ ਟੀਵੀ ਦੇਖ ਰਹੇ ਸਾਰੇ ਹੀ ਦੇਖਣ ਵਾਲਿਆਂ ਦਾ ਚਾਣ ਵਾਲਿਆਂ ਦਾ ਤੇ ਚਾਹ ਕੇ ਮੁਸਕਰਾਉਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮਖਦਮ ਇਸਤਿਕਬਾਲ ਕਿਉਂਕਿ ਜਦੋਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਮੁੱਦੇ ਅੱਜਕੱਲ ਬਹੁਤ ਜ਼ਿਆਦਾ ਨੇ ਕਿਉਂਕਿ ਨਵੀਆਂ ਸਰਕਾਰਾਂ ਬਣੀਆਂ ਨੇ ਨਵੀਆਂ ਸਰਕਾਰਾਂ ਨੇ ਆਪਣੀ ਆਪਣੀ ਜਿਹੜੀ ਹੈ ਉਹ ਕੁਝ ਨਾ ਕੁਝ ਦਿਖ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਧਰਤੀ ਤਾਂ ਬੜੀ ਜ਼ਰਖੇਜ਼ ਹੈ ਪਰ ਇਸ ਧਰਤੀ ਦੇ ਵਿੱਚ ਜਿੰਨੇ ਵੀ ਅ ਰਿਸ਼ੀ मुनि अवतार ਜਿੰਨੇ ਵੀ ਆਏ ਨੇ ਉਹਨਾਂ ਨੇ अवतार ਧਾਰਿਆ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਆਗੂ ਆਇਆ ਜਾਂ ਫਿਰ ਗੁਰੂ ਆਇਆ ਉਹਨਾਂ ਨੇ ਆ ਕੇ ਇੱਕੋ ਹੀ ਸੰਦੇਸ਼ ਦਿੱਤਾ ਕਿ ਨਾ Hindu ਨਾ Sikh ਨਾ Musalman ਹੋਣਾ ਚਾਹੀਦਾ ਹੈ ਇਨਸਾਨ ਨੂੰ ਸਿਰਫ ਇਨਸਾਨ ਹੋਣਾ ਚਾਹੀਦਾ ਹੈ ਲੋੜ ਨਹੀਂ ਹੰਦੀ ਪੱਥਰਾਂ ਦੇ ਬੁੱਤਾਂ ਨੂੰ ਪੂਜਣ ਦੀ ਇਨਸਾਨ ਹੀ ਇਨਸਾਨ ਦਾ ਭਗਵਾਨ ਹੋਣਾ ਚਾਹੀਦਾ ਸੋ ਜਦੋਂ ਇਨਸਾਨ ਇਨਸਾਨ ਦਾ ਭਗਵਾਨ ਬਣਦਾ ਅਸੀਂ ਬੰਦੇ ਦੇ ਵਿੱਚੋਂ ਬੰਦਾ ਪਛਾਣਨ ਦੀ ਕੋਸ਼ਿਸ਼ ਕਰਦੇ ਆਂ ਫਿਰ ਸਾਨੂੰ ਲੱਗਦਾ ਕਿ ਸੱਚੀ ਮੁੱਚੀ ਇਸ ਦੁਨੀਆ ਤੇ ਆਉਣਾ ਸਾਡਾ ਸਫਲ ਹੋ ਗਿਆ ਪਰ ਜਦੋਂ ਮੁੱਦਿਆਂ ਦੀ ਗੱਲ ਕਰਦੇ ਕਰਦੇ ਅਸੀਂ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਨੇ ਆਂ ਫਿਰ ਸਾਨੂੰ ਇੱਕ ਗੱਲ ਜ਼ਰੂਰ ਸਾਡੇ ਦਿਲ ਦੇ ਵਿੱਚ ਥੋੜੀ ਜਿਹੀ ਟਿਕ ਟਿਕ ਕਰਦੀ ਆਂ ਵੀ ਹੋਇਆ ਕੀ ਪਟਿਆਲੇ ਦੇ ਵਿੱਚ ਇਹੋ ਜਿਹਾ ਸ਼ਾਹੀ ਸ਼ਹਿਰ ਹੈ ਬਾਬੇ ਆਲੇ ਦੀ ਪੱਟੀ ਉਹ ਕਿਹਾ ਜਾਣ ਵਾਲਾ ਇੱਕ ਸ਼ਾਹੀ ਸ਼ਹਿਰ ਜਿਹਦੇ ਨਾਂ ਦੇ ਉੱਤੇ ਬਹੁਤ ਕੁਝ ਮਸ਼ਹੂਰ ਹੈ ਇਥੋਂ ਤੱਕ ਵੀ ਜਦੋਂ ਅਸੀਂ ਸ਼ਾਹੀ ਸੂਟਾਂ ਦੀ ਗੱਲ ਕਰਦੇ ਹੈਗੇ ਆਂ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਪਟਿਆਲੇ ਨਾਲ ਜੁੜੀਆਂ ਹੋਈਆਂ ਪਰ ਉਸ ਮੁੱਦਿਆਂ ਦੇ ਵਿੱਚ ਜਾਂਦੇ ਜਾਂਦੇ ਅਸੀਂ ਇਹ ਵੀ ਤਾਂ ਸੋਚਣਾ ਨਾ ਵੀ ਜੋ ਹੋਇਆ ਉੱਥੇ ਬਹੁਤ ਮਾੜਾ ਹੋਇਆ ਘਟਨਾ ਜਿਹੜੀ ਹੋਈ ਸ਼ਿਵ ਸੈਨਾ ਦੇ ਜਿਹੜੇ ਅਨੁਆਈ ਸੀਗੇ ਸ਼ਿਵ ਸੈਨਾ ਦੇ ਵਾਲੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਜੋ ਸੱਦਾ ਦਿੱਤਾ ਸੀਗਾ ਕਿ ਅਸੀਂ ਖਾਲਿਸਤਾਨ ਵਿਰੋਧੀ ਜਿਹੜਾ ਮਾਰਚ ਕੱਢਾਂਗੇ ਉਸ ਤੋਂ ਬਾਅਦ ਵਿੱਚ ਫੇਰ ਦੂਸਰੇ ਪਾਸੇ ਕੁਝ ਸਿੱਖ ਜਥੇਬੰਦੀਆਂ ਦੁਆਰਾ ਜਿਹੜਾ ਵਿਰੋਧ ਕੀਤਾ ਗਿਆ ਇਹ ਬਹੁਤ ਮੰਦਭਾਗੀ ਘਟਨਾ ਹੋਗੀ ਦੇਖੋ ਪਲਾਨਿੰਗ ਕਰਨੀ ਜਾਂ ਫਿਰ ਕੁਝ ਬੰਦਿਆਂ ਦੇ ਦੁਆਰਾ ਕੁਝ ਪੜਕਾ ਦੇਣਾ ਦੂਸਰੇ ਬੰਦਿਆਂ ਨੂੰ ਤੇ ਬਹੁਤ ਮਾੜੀ ਗੱਲ ਹੈ ਇਹ ਪੰਜਾਬ ਦੀ ਸ਼ਾਂਤੀ ਦੇ ਵਾਸਤੇ ਬਹੁਤ ਵੱਡੀ ਜਿਹੜੀ ਹੈਗੀ ਇੱਕ ਤਰਾਸਦੀ ਹੈ ਇੱਕ ਟ੍ਰੈਜੇਡੀ ਹੈ ਇੱਕ ਵਾਰ ਕੀਤਾ ਗਿਆ ਹੁਣ ਵਾਰ ਕਿਸ ਤਰੀਕੇ ਨਾਲ ਕਰਦੇ ਆ ਕਿ ਜਦੋਂ ਵੱਡੇ ਲੋਕ ਇਕੱਠੇ ਹੁੰਦੇ ਆ ਨਾ ਕੋਈ ਨਾ ਕੋਈ ਉਹ ਪਲੈਨਿੰਗ ਕਰਦੇ ਆ ਪਹਿਲਾਂ ਪਲੈਨਿੰਗ ਬਣਦੀ ਆ ਉਸ ਤੋਂ ਬਾਅਦ ਵਿੱਚ ਕੋਈ ਨਾ ਕੋਈ ਬਿਆਨ ਦਿੱਤਾ ਜਾਂਦਾ ਉਹ ਬਿਆਨ ਢੜਕਾਉ ਹੋ ਜਾਂਦਾ ਢੜਕਾਉ ਕਿਸ ਤਰੀਕੇ ਨਾਲ ਹੋ ਜਾਂਦਾ ਜਦੋਂ ਧਰਮ ਦੇ ਨਾਂ ਦੇ ਉੱਤੇ ਕਿਸੇ ਵੀ ਮਜ਼ਹੇਬੀ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਨਾ ਕਿ ਆਓ ਭਈ ਹੁਣ ਆਪਾਂ ਇੱਕ ਝੰਡੇ ਹੇਟਾਂ ਇਕੱਠੇ ਹੋ ਕੇ ਤੇ ਦੂਸਰੇ ਧਰਮ ਦੇ ਧਰਮ ਦੇ ਜਿਹੜੇ ਅਨੁਵਾਈ ਹੈਗੇ ਉਹਨਾਂ ਦੇ ਨਾਲ ਲੜਨਾ ਉਹਨਾਂ ਦੇ ਨਾਲ ਭੇੜਨਾ ਉਹਨਾਂ ਦੇ ਵਿਰੁੱਧ ਜਿਹੜਾ ਹੈ ਉਹ ਬੋਲਣਾ ਫਿਰ ਜਿਹੜਾ ਹੈ ਉਹ ਮਸਲਾ ਬੜਾ ਗੰਭੀਰ ਹੋ ਜਾਂਦਾ ਫਿਰ ਦੇਖੋ ਇੱਕ ਪਾਸੇ ਕਹਿਣਾ ਹੋ ਜਾਂਦਾ ਦੂਜੇ ਪਾਸੇ ਸਹਿਣਾ ਹੋ ਜਾਂਦਾ ਸਹਿੰਦਾ ਅੱਜ ਕੱਲ ਕੋਈ ਨਹੀਂ ਔਰ ਸਵੇ ਵੀ ਕਿਉਂ ਕਿਉਂਕਿ ਜਦੋਂ ਉਹਨਾਂ ਨੇ ਕਿਸੇ ਦੇ ਧਰਮ ਦੇ ਖਿਲਾਫ ਕੁਝ ਨਹੀਂ ਕਿਹਾ ਹੁਣ ਪਲਾਨਿੰਗ ਜਦੋਂ ਸ਼ਿਵ ਸੈਨਾ ਦੀ ਇਹ ਹੋਈ ਤਾਂ ਉਸ ਤੋਂ ਬਾਅਦ ਵਿੱਚ ਫਿਰ ਉੱਥੇ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਗੱਲ ਬੜੀ ਇਹ ਤਾਜ਼ੀ-ਤਾਜ਼ੀ ਹੈਗੀ ਆ ਅਜੇ ਸਵੱਲੀ ਜਹੀ ਜਾਪਦੀ ਆ ਪਰ ਕਹਿੰਦੇ ਹੁੰਦੇ ਨਾ ਵੀ ਚੱਪੜਾਂ ਦੇ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ ਜਿਹੜਾ ਸਾਡਾ ਭਾਈਚਾਰ ਜਿਹੜੀ ਸਾਡੀ ਏਕਤਾ ਸਾਡੀ ਅਖੰਡਤਾ ਜਦੋਂ ਇਦਾਂ ਦੇ ਜਿਹੜੇ ਵਾਕਿਆਤ ਹੋ ਜਾਂਦੇ ਆ ਇਦਾਂ ਦੇ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਜਿਵੇਂ ਕਹਿ ਲਓ ਵੀ ਚਾਹ ਨੂੰ ਦੁਬਾਰਾ ਅਸੀਂ ਗਰਮ ਕਰ ਕਰਕੇ ਪੀਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਜਿਹੜੀ ਪਹਿਲਾਂ ਵਾਲੀ ਚਾਹ ਬਣੀ ਹੁੰਦੀ ਆ ਉਹ ਚਾਹ ਵਰਗੀ ਜਿਹੜੀ ਚਾਹ ਮੁੜਕੇ ਨਹੀਂ ਬਣਦੀ ਤੇ ਉਹੋ ਜਿਹਾਂ ਚਾਹ ਵੀ ਨਹੀਂ ਰਹਿੰਦਾ ਸੋ ਉਹ ਜਿਹੜੀ ਇੱਕ ਭਾਈਚਾਰਕ ਭਾਵਨਾ ਸੀਗੀ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸ਼ਿਵਸੈਨਾ ਵਾਲਿਆਂ ਨੇ ਉਸ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸੰਗਠਨ ਸੀਗੇ ਜਥੇਬੰਦੀਆਂ ਸੀਗੇ ਉਹਨਾਂ ਨੇ ਆ ਕੇ ਸਿੰਘਲੇ ਦੇ ਖਿਲਾਫ ਹਰੀਸ਼ ਸਿੰਘਲੇ ਦੇ ਖਿਲਾਫ ਬਹੁਤ ਕੁਝ ਬਿਆਨ ਵੀ ਦਿੱਤੇ ਨੇ ਬਹੁਤ ਕੁਝ ਬੋਲਿਆ ਵੀ ਪਰ ਕਿਤੇ ਨਾ ਕਿਤੇ ਦੋ ਝੰਡਿਆਂ ਦੇ ਵਿੱਚ ਇੱਕ ਡੰਡਾ ਘੜ ਦਿੱਤਾ ਗਿਆ ਕਿਤੇ ਨਾ ਕਿਤੇ ਸਾਡੀ ਜਿਹੜੀ ਏਕਤਾ ਸਾਡੀ ਜਿਹੜੀ ਅਖੰਡਤਾ ਅਮਨ ਸ਼ਾਂਤੀ ਭਾਈਚਾਰਾ ਉਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਇਹ ਪੰਜਾਬ ਦੀ ਧਰਤੀ ਹੈ ਇੱਥੇ ਕਿਰਪਾਨ ਨੂੰ ਵੀ ਉਹਨਾਂ ਹੀ ਮੰਨਿਆ ਜਾਂਦਾ ਜਿੰਨਾ ਤਰਸ਼ੂਲ ਨੂੰ ਮੰਨਿਆ ਜਾਂਦਾ ਪਰ ਮਸਲਾ ਖੜਾ ਕਰ ਦਿੱਤਾ ਕਿਰਪਾਨ ਦਾ ਤਰਸ਼ੂਲ ਦਾ ਵੀ ਇਹ ਦੋਵੇਂ ਅਲੱਗ-ਅਲੱਗ ਨੇ ਅਸੀਂ ਗੁਰੂਆਂ ਨੂੰ ਪੀਰਾਂ ਨੂੰ ਪੈਗੰਬਰਾਂ ਨੂੰ ਰਿਸ਼ੀਆਂ ਨੂੰ ਉਹ ਮੁਨੀਆਂ ਨੂੰ ਅਵਤਾਰਾਂ ਨੂੰ ਸਾਰਿਆਂ ਨੂੰ ਬਰਾਬਰ ਜਾਣਦੇ ਆ ਮਨ ਦੇ ਵੀ ਹੈਗੇ ਆ ਤੇ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੋਣ ਭਲੇ ਕੋ ਮੰਦੇ ਸੋ ਅਸੀਂ ਜਾਣਨੇ ਆ ਅਸੀਂ ਦੇਸ਼ ਦੇ ਵਾਸਤੇ ਜਦੋਂ ਇੱਕ ਝੰਡੇ ਹੇਠਾਂ ਇਕੱਠੇ ਹੋ ਸਕਦੇ ਆ ਤੇ ਫੇਰ ਸਾਡਾ ਜਜ਼ਬਾ ਜਿਹੜਾ ਹੈਗਾ ਉਹ ਮੇਰਾ ਖਿਆਲ ਵੀ ਮੱਠਾ ਕਦੀ ਵੀ ਨਹੀਂ ਪੈਂਦਾ ਪਰ ਤੁਸੀਂ ਦੇਖੋ ਕਿ ਇਹ ਜਿਹੜੀ ਆਗ ਹੈ ਇਹ ਸ਼ੁਰੂ ਕਿੱਥੋਂ ਹੁੰਦੀ ਆ ਸਭ ਤੋਂ ਪਹਿਲਾਂ ਮੈਂ ਜੇ ਗੱਲ ਕਰਾਂ ਤੇ ਯੂਪੀ ਬਿਹਾਰ ਦੀਆਂ ਜਿਹੜੀਆਂ ਉਹੀ ਮਸਲੇ ਹੁੰਦੇ ਆ ਜਿਹੜੇ ਹੁਣ ਪੰਜਾਬ ਦੇ ਵਿੱਚ ਚੱਲਣ ਲੱਗ ਪਏ ਆ ਯੂਪੀ ਦੀਆਂ ਚੋਣਾਂ ਦੇ ਵਿੱਚ ਇਹ ਜਿਹੜੇ ਕਾਰਡ ਨੇ ਇਹ ਖੇਡੇ ਜਾਂਦੇ ਨੇ ਕਿਤੇ ਨਾ ਕਿਤੇ ਇਹ ਸਾਨੂੰ ਨਾ ਜਦੋਂ ਕਿਸਾਨਾਂ ਦੇ ਉੱਤੋਂ ਦੀ ਸਿੱਖ ਜਥੇਬੰਦੀਆਂ ਦੇ ਉੱਤੋਂ ਦੀ ਇੱਕ ਭਾਜਪਾ ਦੇ ਲੀਡਰ ਨੇ ਗੱਡੀ ਚੜਾ ਦਿੱਤੀ ਸੀਗੀ ਉਹ ਵੇਲਾ ਜਿਹੜਾ ਹੈਗਾ ਉਹ ਯਾਦ ਆ ਜਾਂਦਾ ਦੂਸਰੇ ਪਾਸੇ ਜਦੋਂ ਦੀਪ ਸਿੱਧੂ ਨੇ ਜਿਹੜਾ ਝੰਡਾ ਲਹਿਰਾ ਦੇਣਾ ਉਸ ਤੋਂ ਬਾਅਦ ਵਿੱਚ ਫਿਰ ਉਹਦੀ ਮੌਤ ਹੋ ਜਾਣੀ ਕਿਤੇ ਨਾ ਕਿਤੇ ਸਵਾਲ ਖੜੇ ਕਰਦਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਸੋਚ ਕੇ ਦੇਖਣਾ ਯੂਪੀ ਤੋਂ ਲੈ ਕੇ ਹੁਣ ਤੱਕ ਦਾ ਮਸਲਾ ਕਿਉਂਕਿ ਕਿਸਾਨੀ ਅੰਦੋਲਨ ਤੋਂ ਜਦੋਂ ਮਸਲਾ ਇਹ ਸ਼ੁਰੂ ਹੋਇਆ ਹੌਲੀ-ਹੌਲੀ ਯੂਪੀ ਦਾ ਇਲੈਕਸ਼ਨ ਆ ਗਿਆ ਫਿਰ ਪੰਜਾਬ ਦਾ ਵੀ ਤੇ ਨਾਲ ਦੇ ਨਾਲ ਜਿਹੜਾ ਹੈ ਇਹ ਲੋਕਾਂ ਦੇ ਵਿੱਚ ਇੱਕ ਰੋਹ ਇੱਕ ਰੋਸ ਜਿਹੜਾ ਹੈ ਉਹ ਪੈਦਾ ਹੋ ਗਿਆ Hindu ਲੋਕ ਆਪਣੇ ਆਪ ਨੂੰ ਸਮਝਣ ਲੱਗੇ ਕਿ ਸੜ ਤੋਂ ਵੱਡਾ ਕੋਈ ਨਹੀਂ ਸਿੱਖ ਆਪਣੇ ਆਪ ਨੂੰ ਸਮਝਣ ਲੱਗ ਪਏਵੇ ਸੱਤ ਤੋਂ ਵੱਡਾ ਰਾਖਾ ਕੋਈ ਨਹੀਂ ਤੀਸਰੇ ਪਾਸੇ ਜਿਹੜਾ ਹੈਗਾ ਆ ਉਹ ਹੋਰ ਕਮਿਊਨਿਟੀ ਦੇ ਲੋਕ ਜਿਹੜੇ ਹੈਗੇ ਆ ਆਪਣੀ ਆਪਣੀ ਡੁਗਡਗੀ ਵਜਾਉਣ ਦੇ ਵਿੱਚ ਮਾਸਤ ਰਹੇ ਪਰ ਇਹ ਭੁੱਲ ਗਏ ਕਿ ਅਸੀਂ ਇਨਸਾਨ ਵੀ ਹਾਂ ਸਾਨੂੰ ਇਨਸਾਨ ਹੋਣਾ ਪੈਣਾ ਕਿਉਂਕਿ ਇੱਕ ਦੂਜੇ ਦੇ ਪੱਥਰ ਮਾਰਨੇ ਇੱਕ ਦੂਜੇ ਦੇ ਤਲਵਾਰਾਂ ਚਲਾਉਣੀਆਂ ਇੱਕ ਦੂਜੇ ਨੂੰ ਮਾਰਨਾ ਇੱਕ ਦੂਜੇ ਨੂੰ ਵੱਢਣਾ ਇਹ ਨਾ ਤਾਂ ਸਾਨੂੰ ਕਿਸੇ ਗੁਰੂ ਨੇ ਸਿਖਾਇਆ ਤੇ ਨਾ ਸਾਨੂੰ ਕਿਸੇ ਭੀਰ ਪੈਗੰਬਰ ਨੇ ਸਿਖਾਇਆ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਬਹੁਤ ਸਾਰੇ ਲੋਕ ਤਾਂ ਪੰਜਾਬ ਦੀ ਤਰੱਕੀ ਵੀ ਚਾਹੁੰਦੇ ਨੇ ਪਰ ਕੁਝ ਇਹੋ ਜਿਹੇ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜਿਹੜੇ ਕਿ ਸਾਡੇ ਇੱਥੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਲੋਕ ਨੇ ਉਹਨਾਂ ਨੂੰ ਭੜਕਾ ਕੇ ਉਹਨਾਂ ਦੇ ਕੋਲੋਂ ਕੁਝ ਨਾ ਕੁਝ ਕਰਵਾ ਜਾਂਦੇ ਆ ਜਾਂ ਫਿਰ ਪੈਸੇ ਦਾ ਲਾਲਚ ਹੋ ਜਾਂਦਾ ਇਹ ਕਿਤੇ ਨਾ ਕਿਤੇ ਇਹ ਜਿਹੜੇ ਮਸਲੇ ਆ ਕੁਝ ਹਿਡਨ ਜਿਹੜੀਆਂ ਗਤੀਵਿਧੀਆਂ ਨੇ ਇਹਨਾਂ ਉੱਤੇ ਸਾਨੂੰ ਜ਼ਰੂਰ ਸੋਚਣ ਦੀ ਜ਼ਰੂਰਤ ਹੈਗੀ ਆ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਯੂਪੀ ਬਿਹਾਰ ਤੋਂ ਇਹ ਜਿਹੜੀ ਆਗਿਆ ਉਹ ਸ਼ੁਰੂ ਹੋਈ ਸੀ ਕਿੱਥੇ ਪਹੁੰਚੀ ਜਾ ਕੇ ਮੈਂ ਜੇ ਇਹਨੂੰ ਬੰਬੇ ਤੱਕ ਲੈ ਜਮਾ ਉੱਥੇ ਵੀ ਜਿਹੜਾ ਹੈਗਾ ਇੱਕ ਰੇਡ ਕਾ ਚੱਲ ਰਿਹਾ ਉੱਥੇ ਬਾਲੀਵੁੱਡ ਦਾ ਤੇ ਟੌਲੀਵੁੱਡ ਦਾ ਜਿਹੜਾ ਹੈ ਉਹ ਰੇਡ ਕਾ ਚੱਲ ਰਿਹਾ ਫਿਰ ਸ਼ੇਵਾ ਸੈਨਾ ਵਾਲਿਆਂ ਦਾ ਉਹ ਰੇਡ ਕਾ ਚੱਲ ਰਿਹਾ ਮਹਾਰਾਸ਼ਟਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਗਈਆਂ ਫਿਰ ਕਿਤੇ ਅਜ਼ਾਨ ਦੀ ਗੱਲ ਸ਼ੁਰੂ ਹੋ ਗਈ ਦੂਸਰੇ ਪਾਸੇ ਹਨੂਮਾਨ ਚਾਲੀਸਾ ਦੀ ਗੱਲ ਸ਼ੁਰੂ ਹੋ ਗਈ ਸੋ ਇਸ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਕਿਤੇ ਨਾ ਕਿਤੇ ਇਹਨਾਂ ਦੀ ਅੱਗ ਭੜਕਦੀ ਭੜਕਾਉਂਦੀ ਹੋਈ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਉਹ ਆ ਪਹੁੰਚੀ ਆ। ਹੁਣ ਇੱਥੇ ਮਸਲਾ ਕੀ ਹੈ ਕਿ ਮਸਲਾ ਇਹ ਹੈ ਕਿ ਜਦੋਂ ਇਹ ਪਤਾ ਹੈ ਸਾਰਾ ਕੁਝ ਕਿ ਉਹਨਾਂ ਨੇ ਮਾਰਚ ਕੱਢਣਾ ਸੀ। ਉਹਨਾਂ ਨੇ ਖਾਲਿਸਤਾਨ ਵਿਰੋਧੀ ਮਾਰਚ ਕੱਢਣਾ ਸੀ ਤੇ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਜਿਹੜਾ ਹੈ ਉਹ ਸੁਚੇਤ ਹੋ ਜਾਣਾ ਚਾਹੀਦਾ ਸੀਗਾ। ਇੱਕ ਤਾਂ ਪਰਮਿਸ਼ਨ ਜਿਹੜਾ ਹੈਗਾ ਉਹ ਬਿਲਕੁਲ ਦੇਣੀ ਨਹੀਂ ਚਾਹੀਦੀ ਸੀ ਜਿਹੜੀ ਨਹੀਂ ਦਿੱਤੀ ਵਧੀਆ ਫੈਸਲਾ ਸੀਗਾ। ਪਰ ਨਾਲ ਦੇ ਨਾਲ ਇਹ ਗੱਲ ਵੀ ਜਿਹੜੀ ਹੈ ਉਹ ਯਕੀਨੀ ਬਣਾ ਲੈਣੀ ਚਾਹੀਦੀ ਸੀ ਕਿ ਉੱਥੇ ਲੋਕਾਂ ਨੇ ਵਿਰੋਧ ਵੀ ਕਰਨਾ ਜੇ ਵਿਰੋਧੀ ਮਾਰਚ ਉਹ ਕੱਟਣਗੇ ਇੱਕ ਥੇਰ ਕੱਢੂਗੀ ਤੇ ਦੂਜੀ ਥੇਰ ਨਿਆਕੇ ਉਹਨਾਂ ਦਾ ਵਿਰੋਧ ਕਰਨਾ ਹੀ ਕਰਨਾ ਸੋ ਇਸ ਕਰਕੇ ਨਾ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਪੰਜਾਬ ਦੀ ਸ਼ਾਂਤੀ ਵਾਸਤੇ ਖਤਰਾ ਨੇ ਇਹਨਾਂ ਨੂੰ ਸਾਨੂੰ ਬਹੁਤ ਵਿਚਾਰਨ ਦੀ ਜ਼ਰੂਰਤ ਹੈਗੀ ਆ ਔਰ ਇਹ ਵਿਚਾਰਨਾ ਪੈਣਾ ਔਰ ਜੇ ਨਾ ਵਿਚਾਰਿਆ ਤਾਂ ਸ਼ਾਇਦ ਜਿਹੜਾ ਹੈਗਾ ਪੰਜਾਬ ਫਿਰ ਤੋਂ ਵਿਚਾਰਾ ਹੀ ਬਣ ਕੇ ਰਹਿ ਜਾਊਗਾ ਇਸ ਕਰਕੇ ਇਸ ਮੁੱਦੇ ਉੱਤੇ ਸਾਨੂੰ ਸੋਚਣਾ ਪੈਣਾ ਹੁਣ ਜਿਹੜਾ ਹੈ ਉਹ ਤੁਹਾਡੇ ਹੱਥ ਵਿੱਚ ਹੈ ਸਾਰਾ ਕੁਝ ਕਿ ਤੁਸੀਂ ਕੀ ਸੋਚਦੇ ਹੋ ਤੇ ਕਿਸ ਤਰੀਕੇ ਨਾਲ ਸੋਚਦੇ ਹੋ ਕਿਸ ਤਰੀਕੇ ਨਾਲ ਆਪਣੇ ਆਂਡੀਆਂ ਗਵਾਂਡੀਆਂ ਦੇ ਨਾਲ ਆਪਣੀ ਸਾਕ ਸਬੰਧੀਆਂ ਦੇ ਨਾਲ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਭੈਣਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਰੱਖਦੇ ਹੋ ਇਹ ਸਾਡੇ ਆਪਣੇ ਕਿਉਂਕਿ Hindu Muslim Sikh Isai ਇਹ ਸਾਰੇ ਇੱਥੇ ਭਰਾ ਨੇ ਸਾਰੇ ਇੱਥੇ ਇੱਕ ਯੂਨਿਟੀ ਦਾ ਜਿਹੜਾ ਹੈ ਉਹ ਸਬੂਤ ਦਿੰਦੇ ਨੇ ਹੁਣ ਤੁਸੀਂ ਕਿਤੇ ਇਹ ਦੇਖੋ ਕਿ ਛੋਟੀ ਜੀ ਅਸੀਂ ਉਦਾਹਰਣ ਲੈਂਦੇ ਆ ਜਦੋਂ ਅਸੀਂ ਪਿੰਡੋਂ ਨਿਕਲਦੇ ਆ ਤੇ ਪਿੰਡੋਂ ਬਾਹਰ ਜਾ ਕੇ ਦੂਸਰੇ ਪਿੰਡ ਦੇ ਵਿੱਚ ਸਾਨੂੰ ਸਾਡੇ ਆਪਣੇ ਪਿੰਡ ਦਾ ਬੰਦਾ ਜਿਹੜਾ ਹੈ ਉਹ ਟੱਕਰ ਜਾਂਦਾ ਤਾਂ ਸਾਨੂੰ ਇਹ ਲੱਗਣਾ ਪੈਂਦਾ ਯਾਰ ਇਹ ਤਾਂ ਸਾਡੇ ਮੇਰੇ ਪਿੰਡ ਦਾ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਸ਼ਹਿਰ ਜਾਂਦੇ ਆ ਸ਼ਹਿਰੋਂ ਕੁਛ ਨਾ ਕੁਛ ਲੈਣ ਜਾਂਦੇ ਆ ਉੱਥੇ ਸਾਨੂੰ ਪਿੰਡ ਦਾ ਬੰਦਾ ਟੱਕਰਦਾ ਅਸੀਂ ਕਹਿੰਨੇ ਯਾਰ ਇਹ ਮੇਰੇ ਪਿੰਡ ਦਾ ਬੰਦਾ ਹੈ ਨਾ ਟੱਕਰ ਗਿਆ ਬਹੁਤ ਵਧੀਆ ਹੋਇਆ ਫਿਰ ਤੁਸੀਂ ਇਹ ਦੇਖੋ ਕਿ ਪੰਜਾਬੋਂ ਬਾਹਰ ਜਦੋਂ ਇੱਕ ਬੰਦਾ ਯੂਪੀ ਬਿਹਾਰ ਜਾਂ ਅਸਾਮ ਜਾਂ ਕਿਸੇ ਵੀ ਸਟੇਟ ਦੇ ਵਿੱਚ ਉਹ ਚਲੇ ਜਾਂਦਾ ਉੱਥੇ ਜਾ ਕੇ ਉਹ ਕੀ ਸੋਚਦਾ ਕਿ ਮੈਨੂੰ ਇੱਥੇ ਕੋਈ ਮੇਰਾ ਪੰਜਾਬੀ ਭਰਾ ਮਿਲ ਜਾਏ ਚਾਹੇ ਉਹ ਗੁਰਦਾਸਪੁਰ ਦਾ ਹੋਵੇ ਬੰਦਾ ਭਾ ਮ ਜਲੰਧਰ ਦਾ ਹੋਵੇ ਕਹਿਣ ਦਾ ਮਤਲਬ ਇਹ ਆ ਵੀ ਉੱਥੇ ਉਹ ਫਿਰ ਪੰਜਾਬੀ ਨੂੰ ਟੋੜੂਗਾ ਅਸਾਮ ਦੇ ਵਿੱਚ ਖੜਾ ਹੈ ਤਾਂ ਬੰਦਾ ਤੇ ਉੱਥੇ ਕੋਈ ਨਾ ਕੋਈ ਉਹਨੂੰ ਟੱਕਰਿਆਤ ਕਰਨ ਲੈ ਵੀ ਮੇਰਾ ਪੰਜਾਬੀ ਭਰਾ ਬਾਹਾਂ ਜਿਹੜੀਆਂ ਹੈਗੀਆਂ ਉਹਨੇ ਗਲੇ ਦੇ ਵਿੱਚ ਪਾ ਦੇਣੀਆਂ ਗਲਵਕੜੀ ਪਾ ਲੈਣੀ ਤੇ ਮਿਲਣਾ ਵੀ ਇਹ ਮੇਰੇ ਮਤਲਬ ਪੰਜਾਬ ਦੀ ਮਿੱਟੀ ਦਾ ਜਾਇਆ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਅਸੀਂ ਬਾਹਰਲੇ ਮੁਲਕ ਦੇ ਵਿੱਚ ਜਾਂਦੇ ਹਾਂ ਜਦੋਂ ਬਾਹਰਲੇ ਮੁਲਕ ਵਿੱਚ ਜਾਂਦੇ ਆਂ ਇੰਗਲੈਂਡ ਕੈਨੇਡਾ ਅਮਰੀਕਾ ਵਗੈਰਾ ਉੱਥੇ ਜਾ ਕੇ ਤੇ ਕੋਈ ਪੰਜਾਬੀ ਜਦੋਂ ਉਤਰਦਾ ਹੈ ਤੇ ਉੱਥੇ ਜਾ ਕੇ ਕੀ ਟੋਲਦਾ ਫਿਰ ਉੱਥੇ ਲੱਭਦਾ ਵੀ ਭਾਈ ਮੇਰਾ ਕੋਈ ਇੰਡੀਆ ਤੋਂ ਆਇਆ ਹੋਇਆ ਕੋਈ ਨਾ ਕੋਈ ਚਾਹੇ ਉਹ ਗੁਜਰਾਤੀ ਆ ਚਾਹੇ ਉਹ ਮੱਧ ਪ੍ਰਦੇਸ਼ ਦਾ ਚਾਹੇ ਮਹਾਰਾਸ਼ਟਰ ਦਾ ਚਾਹੇ ਬੰਬੇ ਦਾ ਚਾਹੇ ਉਹ ਯੂਪੀ ਦਾ ਚਾਹੇ ਉਹ ਬਿਹਾਰ ਦਾ ਮਤਲਬ ਕੋਈ ਵੀ ਟੱਕਰ ਜਾਏ ਉਹਨੂੰ ਜਾ ਕੇ ਗਲਵੱਕੜੀ ਪਾ ਲੈਣੀ ਇਹ ਮੇਰਾ ਇੰਡੀਅਨ ਭਰਾ ਹੈ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਇਹ ਜਿਹੜੀ ਯੂਨਿਟੀ ਹੈ ਨਾ ਇਹ ਮੁੱਢ ਤੋਂ ਸ਼ੁਰੂ ਤੋਂ ਸਾਡੇ ਦਿਮਾਗ ਦੇ ਵਿੱਚ ਹੈ ਇਹਨੂੰ ਉਕਸਾਉਣਾ ਨਹੀਂ ਇਹਨੂੰ ਸ਼ਾਂਤੀ ਦੇ ਨਾਲ ਹੱਲ ਕਰਨਾ ਕਿਉਂਕਿ ਜੇ ਅਸੀਂ ਅੱਜ ਵੀ ਸ਼ਾਂਤੀ ਬਣਾ ਕੇ ਨਾ ਰੱਖੀ ਤਾਂ ਸ਼ਾਇਦ ਜਿਹੜਾ ਹੈ ਆਉਣ ਵਾਲਾ ਸਮਾਂ ਸਾਡੇ ਵਾਸਤੇ ਬਹੁਤ ਦੁਰਭਾਗਿਆਪੂਰਨ ਹੋਊਗਾ ਬਹੁਤ ਵੱਡੀ ਤਬਾਹੀ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਕਰਫਿਊ ਲੱਗਾ ਹੋਇਆ ਹੈ ਸਿਕਾ ਰਾਤ ਨੂੰ 7 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਕਰਫਿਊ ਲਗਾਉਣਾ ਪਿਆ ਉਸ ਤੋਂ ਬਾਅਦ ਵਿੱਚ ਪੁਲਿਸ ਦੇ ਹੱਥੋਂ ਵੀ ਜਿਹੜਾ ਹੈਗਾ ਉਹ ਬਸੋਂ ਬਾਹਰ ਹੁੰਦੀ ਹੋਈ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਵੀਡੀਓਜ਼ ਦੇ ਵਿੱਚ ਅਸੀਂ ਦੇਖਦੇ ਆਂ ਸੋਸ਼ਲ ਮੀਡੀਆ ਉੱਤੇ ਵੀ ਜਿਹੜਾ ਹੈ ਸੋਸ਼ਲ ਮੀਡੀਆ ਨੂੰ ਵੀ ਵੰਡ ਦਿੱਤਾ ਗਿਆ ਸੋਸ਼ਲ ਮੀਡੀਆ ਨੂੰ ਵੰਡਣਾ ਨਹੀਂ ਚਾਹੀਦਾ ਸਿਕਾ ਜੇ ਕੋ ਹਿੰਦੂਆਂ ਦਾ ਹੈ ਬੰਦਾ ਉਹਨੇ ਹਿੰਦੂਆਂ ਦੇ ਹੱਕ ਵਿੱਚ ਗੱਲ ਜਿਹੜੀ ਹੈ ਉਹ ਲਿਖ ਦੇਣੀ ਆ ਜੇ ਕੋ ਸਿੱਖਾਂ ਦਾ ਤਾਂ ਉਹਨੇ ਸਿੱਖਾਂ ਦੇ ਹੱਕ ਵਿੱਚ ਮਤਲਬ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਹੈ ਇਹ ਨਹੀਂ ਕਿ ਅਸੀਂ ਕਿਉਂ ਨਾ ਭਾਈਚਾਰੇ ਦਾ ਕੋਈ ਨਾ ਕੋਈ ਸੰਦੇਸ਼ ਦੇ ਦਈਏ ਕੁਝ ਜਿਹੜੇ ਹੈਗੇ ਇਹਦੇ ਵਿੱਚ ਸਾਡੇ ਮੀਡੀਆ ਦੀ ਬੜੀ ਵੱਡੀ ਭੂਮਿਕਾ ਹੋ ਜਾਂਦੀ ਆ ਆਪਣਾ ਆਪਣਾ ਫੋਨ ਸੋ ਕਾਲਡ ਪੱਤਰਕਾਰ ਲੈ ਕੇ ਤੇ ਆਪਣੇ ਆਪਣੇ ਨਾਵਾਂ ਉੱਤੇ ਬਣਾ ਕੇ ਲੱਗੇ ਹੋਏ ਨੇ ਭਾਈ ਆਹ ਦੇਖੋ ਇਸ ਵੇਲੇ ਅਸੀਂ ਤੁਹਾਨੂੰ ਸੀਨ ਦਿਖਾ ਰਹੇ ਹਾਂ ਕਿ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ Hindu ਨੂੰ ਇੱਕ Sikh ਕੁੱਟ ਰਿਹਾ ਦੂਸਰੇ ਹੀ ਪਲ ਉਹਨਾਂ ਨੇ ਦੂਸਰੇ ਪਾਸੇ ਆਹ ਦੇਖੋ ਜੀ ਇਧਰਲੇ ਪਾਸੇ ਅਸੀਂ ਝਾਤ ਮਰੌਣੇ ਆ ਕਿ ਇੱਕ ਜਿਹੜਾ ਹੈ ਉਹ Hindu ਆ ਉਹ Sikh ਨੂੰ ਕੁੱਟ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਸੋ ਕੋਲਡ ਪੱਤਰਕਾਰ ਮੀਡੀਆ ਬਣਿਆ ਹੋਇਆ ਹੈ ਇਹ ਵੀ ਕਿਤੇ ਨਾ ਕਿਤੇ ਇਸ ਚੀਜ਼ ਵਾਸਤੇ ਜ਼ਿੰਮੇਵਾਰ ਨੇ ਕਿ ਇਹ ਦੰਗਾ ਜਿਹੜਾ ਹੈ ਇਹ ਹੋਰ ਤੋਂ ਹੋਰ ਭੜਕਦਾ ਲੋਕੀ ਧਰਮ ਦੇ ਆਧਾਰ ਦੇ ਉੱਤੇ ਭਟਕਦੇ ਨੇ ਔਰ ਉਹ ਭਟਕਣ ਭਟਕਣ ਦੇ ਵਿੱਚ ਕੀ ਹੁੰਦਾ ਹੈ ਕਿ ਉਹਨਾਂ ਦੀਆਂ ਮਾਨਸਿਕ ਭਾਵਨਾਵਾਂ ਇੰਨੀਆਂ ਜ਼ਿਆਦਾ ਉੱਪਰ ਕੇ ਸਾਹਮਣੇ ਆ ਜਾਂਦੀਆਂ ਕਿ ਉਹ ਦੂਸਰੇ ਦਾ ਕਤਲ ਕਰਨ ਤੱਕ ਜਾਂਦੇ ਆ ਸੋ ਇੱਕ ਕਮਿਊਨਿਟੀ ਨੂੰ ਤੁਸੀਂ ਇੱਕ ਚੈਨਲ ਦੇ ਨਾਲ ਜੋੜ ਕੇ ਦੇਖ ਲੈਣਾ ਦੂਜਿਆਂ ਨੂੰ ਦੂਜੇ ਦੇ ਨਾਲ ਦੇਖ ਲੈਣਾ ਇੱਕ ਕਿਸੇ ਨੇ ਹਿੰਦੂਆਂ ਦਾ ਚੈਨਲ ਬਣਾਇਆ ਤਾਂ ਉਹਨੇ ਹਿੰਦੂਆਂ ਦੀ ਬੱਲੇ ਬੱਲੇ ਕਰਾਈ ਜਾਣੀਆਂ ਕਿਸੇ ਨੇ ਸਿੱਖਾਂ ਦਾ ਬਣਾਇਆ ਤਾਂ ਉਹਨੇ ਸਿੱਖਾਂ ਦੀ ਬੱਲੇ ਬੱਲੇ ਕਰਾਈ ਜਾਣੀਆਂ ਬਸ਼ਰਤੇ ਕਿ ਇਹ ਜਿਹੜੀਆਂ ਇਹ ਜਿਹੜਾ ਪੱਖਪਾਤੀ ਰਵਈਆ ਸਾਡੇ মিডিਆ ਦਾ ਇਹ ਬੰਦ ਹੋਣਾ ਚਾਹੀਦਾ ਔਰ ਇਹ ਜਦੋਂ ਬੰਦ ਹੋ ਗਿਆ ਉਸ ਵੇਲੇ ਸਾਨੂੰ ਪਤਾ ਲੱਗਣਾ ਵਾਕਈ ਯਾਰ ਕੁਝ ਨਾ ਕੁਝ ਜਿਹੜਾ ਹੈਗਾ ਨਾ ਸਾਨੂੰ ਸੱਚ ਨੂੰ ਸੱਚ ਕਹਿਣ ਦੀ ਆਦਤ ਹੋਣੀ ਚਾਹੀਦੀ ਆ ਫਿਰ ਜਦੋਂ ਸੱਚ ਦਿਖਾਉਣਾ ਆ ਗਿਆ ਤੇ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨੱਚ ਵਾਲੀ ਗੱਲ ਜਿਹੜੀ ਹੈਗੀ ਉਹ ਹੋ ਜਾਂਦੀ ਆ ਫਿਰ ਅਸੀਂ ਯੂਨਿਟੀ ਦੇ ਵਿੱਚ ਰਹਿਣਾ ਵੀ ਸਿੱਖ ਜਾਗੇ ਦੂਜਾ ਜਿਹੜਾ ਹੁਣ ਮੁੱਦਿਆਂ ਦੀ ਗੱਲ ਕਰਦੇ ਕਰਦੇ ਆਪਾਂ ਜਾ ਪਹੁੰਚਦੇ ਆਂ ਦੂਸਰੇ ਮੁੱਦੇ ਉੱਤੇ ਬਿਜਲੀ ਆਉਂਦੀ ਨਹੀਂ ਆਟਾ ਗਿਆ ਮੁੱਕ ਤੇ ਨਦੀਆਂ ਚੋਂ ਪਾਣੀ ਗਿਆ ਸੁੱਕ ਤੇ ਅੱਜ ਗੱਲ ਦਿੱਤੀ ਖੋਲ ਭਾਈ 100 ਰੁਪਏ ਤੋਂ ਉੱਤੇ ਹੋ ਗਿਆ ਪੈਟਰੋਲ ਹੈਨੇ ਸੋ ਇਹ ਵੀ ਮੁੱਦਾ ਬਣਿਆ ਹੋਇਆ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੁਣ ਤਜੋਰੀਆਂ ਦੇ ਵਿੱਚ ਜਿਹੜੇ ਹੈਗੇ ਉਹ ਰੱਖਣ ਵਾਸਤੇ ਸਾਨੂੰ ਨਿੰਬੂ ਨਹੀਂ ਮਿਲਦਾ ਨਿੰਬੂ 300 ਤੋਂ ਪਾਰ ਹੋ ਗਿਆ ਪੰਜਾਬ ਦੇ ਵਿੱਚ ਕਦੇ ਵੀ ਇੰਨੀ ਮਹਿੰਗਾਈ ਨਹੀਂ ਹੋਈ ਸੀ ਔਰ ਇਹ ਜਿਹੜੀ ਮਹਿੰਗਾਈ ਆ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਕਿਸ ਤਰੀਕੇ ਨਾਲ ਹੈ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਬਿਲਕੁਲ ਵੀ ਜਿਹੜੀ ਹੈਗੀ ਉਹ ਗੱਲਬਾਤ ਨਹੀਂ ਕਰਨੀ ਕਿਉਂਕਿ ਇਹ ਸੋਚ ਵਿਚਾਰ ਜਿਹੜਾ ਹੈਗਾ ਨਵੀਂ ਬਣੀ ਸਰਕਾਰ ਦਾ 92 ਸੀਟਾਂ ਉਹਨਾਂ ਨੂੰ ਮਿਲੀਆਂ ਬਾਅ ਮਾਤੇ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਦੁਨੀਆ ਨੂੰ ਆਪਣੇ ਨਾਲ ਲੈ ਕੇ ਚੱਲਦੀ ਆ ਸੋ ਹੁਣ ਸਰਕਾਰ ਦੀ ਗੱਲ ਕਰਦੇ ਕਰਦੇ ਜਦੋਂ ਅਸੀਂ ਇਹ ਖਬਰਾਂ ਦੇ ਵਿੱਚ ਦੇਖਦੇ ਆ ਵੱਖ-ਵੱਖ ਚੈਨਲਸ ਦੇ ਉੱਤੇ ਇਹ ਕੋਖਣ ਦੀ ਕੋਸ਼ਿਸ਼ ਕਰਦੇ ਆ ਵੀ ਫਲਾਣਾ ਜਿਹੜਾ ਥਰਮਲ ਪਲਾਂਟ ਹਾਂ ਉਹ ਵੀ ਬੰਦ ਹੋ ਗਿਆ ਆ ਵੀ ਬੰਦ ਹੋ ਗਿਆ ਥਰਮਲ ਪਲਾਂਟਾਂ ਦਾ ਜਿਹੜਾ ਬੰਦ ਹੋਣਾ ਉਹਦੇ ਨਾਲ ਬਹੁਤ ਵੱਡਾ ਇੱਕ ਬਿਜਲੀ ਦਾ ਸੰਕਟ ਜਿਹੜਾ ਹੈ ਉਹ ਗਹਿਰਾਇਆ ਹੋਇਆ ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਸਾਂਝੇ ਖਾਤਿਆਂ ਜਿਹੜੀ ਬਿਜਲੀ ਹੈਗੀ ਆ ਉਹ ਪੂਲਾਂ ਦੇ ਵਿੱਚੋਂ ਦੇ ਕੇ ਤੇ ਪੰਜਾਬ ਨੂੰ ਜਿਹੜਾ ਹੈ ਇਹ ਬਿਜਲੀ ਸੰਕਟ ਵਿੱਚੋਂ ਕੱਢਣਾ ਚਾਹੀਦਾ ਦੂਸਰੇ ਪਾਸੇ ਕੋਲੇ ਦੀ ਸਪਲਾਈ ਦੀ ਗੱਲ ਹੈ ਕੋਲੇ ਦੀ ਸਪਲਾਈ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਮੱਧਮ ਹੈ ਕਿ ਉਹਦੇ ਨਾਲ ਜਿਹੜੇ ਹੈ ਉਹ ਥਰਮਲ ਪਲਾਂਟ ਚਲਾਏ ਨਹੀਂ ਜਾ ਸਕਦੇ ਸੋ ਸਾਨੂੰ ਜਿਹੜਾ ਹੈਗਾ ਉਹ ਹੁਣ ਸੰਜਮ ਦੇ ਨਾਲ ਰਹਿਣਾ ਪੈ ਰਿਹਾ ਸੋ ਪੰਜਾਬੀ ਲੋਕ ਵੈਸੇ ਵੀ ਸਬਰ ਸੰਤੋਖ ਧੀਰਜ ਵਾਲੇ ਲੋਕ ਨੇ ਤੇ ਜੇ 6-6 ਘੰਟੇ ਲਾਈਟ ਨਹੀਂ ਵੀ ਆਉਂਦੀ ਤਾਂ ਤਾਂ ਵੀ ਉਹ ਦਿਨ ਕੱਟਦੇ ਨਹੀਂ ਹੁਣ ਕਿਸੇ ਤਰ੍ਹਾਂ ਦੀ ਮਾਈਆ ਢੋਲ ਸਪਾਈ ਆਵੇ ਕੋਈ ਹੋਰ ਸੁਣਾ ਗੱਲਬਾਤ ਵੇ ਕਲਕੱਤਿਆਂ ਪੱਖੀ ਲਿਆਦੇ ਝੱਲੂਗੀ ਸਾਰੀ ਰਾਤ ਹੁਣ ਉਹ ਢੋਲ ਸਪਾਈ ਦੀ ਜਿਹੜੀ ਘਰ ਵਾਲੀ ਹੈਗੀ ਆ ਹਨ ਤੇ ਉਹ ਫਿਰ ਸਾਰੀ ਰਾਤ ਪੱਖੀਆਂ ਝਲਦਿਆਂ ਹੋਇਆਂ ਜਿਹੜੀ ਹੈ ਉਹ ਨਿਕਲ ਜਾਂਦੀ ਆ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਉੱਤੇ ਸਾਨੂੰ ਵਿਚਾਰਨਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਭ ਤੋਂ ਵੱਡਾ ਪ੍ਰਭਾਵ ਗਰੀਬਾਂ ਉੱਤੇ ਪੈ ਰਿਹਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਨਵਰਟਰਸ ਵਗੈਰਾ ਹੈ ਨਹੀਂ ਕਿ ਇਹ ਨਹੀਂ ਕਿ ਚਲੋ ਥੋੜੀ ਜੀ ਜਿਹੜੀ ਹੈਗੀ ਉਹ ਲਾਈਟ ਆਈ ਆ ਉਸ ਤੋਂ ਬਾਅਦ ਵਿੱਚ ਉਹ ਲਾਈਟ ਜਿਹੜੀ ਹੈ ਉਹ ਕਿਤੇ ਨਾ ਕਿਤੇ 2 ਘੰਟੇ 4 ਘੰਟੇ ਕੱਢ ਜਾਂਦੀ ਹੈ ਤੇ ਉਸ ਲਾਈਟ ਦੇ ਨਾਲ ਇਨਵਰਟਰ ਚਾਰਜ ਹੋ ਜਾਂਦਾ ਫਿਰ ਉਹਨੇ 2-4 ਘੰਟੇ ਕੱਢ ਜਾਣੇ ਆ ਫਿਰ ਲਾਈਟ ਜਿਹੜੀ ਹੈ ਫਿਰ ਆ ਜਾਣੀ ਆ ਫਿਰ ਚੱਲੇ ਜਾਣੀ ਆ ਸੋ ਲਾਈਟ ਜਿਹੜੀ ਹੈਗੀ ਆ ਉਹ ਗੁੰਗੇ ਕਬੱਡੀ ਖੇਡ ਰਹੀ ਆ ਕਿਤੇ ਕਿਤੇ ਆਉਂਦੀ ਹੈ ਕਿਤੇ ਕਿਤੇ ਚੱਲੇ ਜਾਂਦੀ ਹੈ ਪਰ ਉਹ ਗੱਲ ਉਹੀ ਹੈ ਵੀ ਅੱਜ ਗੈਰਾਂ ਵਿੱਚ ਬਹਿਣ ਤੋਂ ਪਹਿਲਾਂ ਤੇ ਦਿਲ ਦੀ ਗੱਲ ਕੋਈ ਕਹਿਣ ਤੋਂ ਪਹਿਲਾਂ ਤੇ ਦਿਲ ਦਾ ਦੌਰਾ ਕਰ ਲਈ ਸੱਜਣਾ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸੋ ਇਹ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਪਹਿਲਾਂ ਸੱਜਣਾ ਤੈਨੂੰ ਦਿਲ ਦਾ ਦੌਰਾ ਕਰਨਾ ਪੈਣਾ ਇਸ ਗੱਲ ਨੂੰ ਮੈਂ ਜੋੜ ਕੇ ਦੇਖਦਾ ਸਰਕਾਰ ਦੇ ਨਾਲ ਭਾਈ ਸਰਕਾਰ ਨੂੰ ਸੋਚਣਾ ਪੈਣਾ ਉਹਨਾਂ ਨੂੰ ਇਹ ਦੌਰੇ ਕਰਨੇ ਪੈਣੇ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਦੇਖਣਾ ਪੈਣਾ ਕਿਸਾਨਾਂ ਤੇ ਬੜਾ ਵੱਡਾ ਜਿਹੜਾ ਹੈਗਾ ਉਹ ਪ੍ਰਭਾਵ ਪਿਆ ਗਿਆ ਕਹਿੰਦੇ ਕਣਕ ਦਾ ਝਾੜ ਘਟ ਗਿਆ ਬਿਜਲੀ ਦੇ ਕਰਕੇ ਕਿਉਂਕਿ ਕੈਪਟਨ ਦੀ ਸਰਕਾਰ ਸੀਗੀ ਪਹਿਲਾਂ ਬਿਜਲੀ ਉਸ ਵੇਲੇ ਘੱਟ ਮਿਲਦੀ ਸੀ ਜਿਸ ਵੇਲੇ ਕਣਕ ਦੀ ਲਵਾਈ ਦਾ ਵੇਲਾ ਸੀ ਉਸ ਤੋਂ ਬਾਅਦ ਵਿੱਚ ਜਦੋਂ ਕਣਕ ਆਪਣੇ ਜੋਬਨ ਦੇ ਉੱਤੇ ਸੀਗੀ ਉਸ ਵੇਲੇ ਵੀ ਬਿਜਲੀ ਦੇ ਘੱਟ ਲੱਗਣੇ ਨਾਲ ਬਿਲਕੁਲ ਪ੍ਰਭਾਵਸ਼ਾਲੀ ਰਹੇ ਨੇ ਪਰ ਨਾਲ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਭਗਵੰਤ ਜਿਹੜੀ ਸਰਕਾਰ ਨਵੀਂ ਬਣੀ ਐ ਉਹਨੇ ਵੀ ਤਾਜ਼ੀਆਂ ਤਾਜ਼ੀਆਂ ਅਣਗਹਿਲੀਆਂ ਕਰਕੇ ਨਾ ਤੇ ਬਹੁਤ ਵੱਡਾ ਜਿਹੜਾ ਹੈਗਾ ਇੱਕ ਬਿਜਲੀ ਦਾ ਸੰਕਟ ਖੜਾ ਕਰ ਦਿੱਤਾ ਹੁਣ ਮੈਂ ਸੋਚਦਾ ਹੁੰਨਾ ਕਿ ਜੇ ਨਾ ਮੂਰਖ ਦੇ ਕੋਲ ਸ਼ੈਦ ਵੀ ਹੋਵੇ ਤਾਂ ਵੀ ਉਹਦਾ ਉਹ ਗਲਤ ਇਸਤੇਮਾਲ ਕਰ ਸਕਦਾ ਤੇ ਜੇ ਕਿਤੇ ਸਿਆਣੇ ਬੰਦੇ ਦੇ ਕੋਲ ਜ਼ਹਿਰ ਵੀ ਹੋਵੇ ਤੇ ਉਹਦਾ ਉਹ ਸਹੀ ਇਸਤੇਮਾਲ ਕਰ ਸਕਦਾ ਹੁਣ ਇਹੀ ਗੱਲ ਨੂੰ ਜੇ ਅਸੀਂ ਜੋੜ ਲਈਏ ਕਿ ਸਿਆਸਤ ਤੇ ਸਿਆਸਤਦਾਨ ਤੇ ਉਸ ਤੋਂ ਬਾਅਦ ਵਿੱਚ ਸੌੜੀ ਸਿਆਸਤ ਤੇ ਜਿਹੜੀ ਇੱਕ ਸੋਚੀ ਸਿਆਸਤ ਹੈਗੀ ਆ ਉਹਦੇ ਵਿੱਚ ਕੀ ਕੀ ਫਰਕ ਹੈ ਹੁਣ ਸਿਆਸਤੀ ਜਿਹੜੀਆਂ ਗੱਲਾਂ ਨੇ ਉਹਨੂੰ ਸਿਆਸਤ ਸਮਝ ਸਕਦੀ ਆ ਅਸੀਂ ਲਾਰਿਆਂ ਨਾਲੋਂ ਕੰਮ ਨੂੰ ਜ਼ਿਆਦਾ ਪਸੰਦ ਕਰਦੇ ਆ ਅਸੀਂ ਵਾਦਿਆਂ ਨਾਲੋਂ ਕੰਮ ਨੂੰ ਜ਼ਿਆਦਾ ਪਸੰਦ ਕਰਦੇ ਆ ਮੁੱਦਾ ਬੜਾ ਗੰਭੀਰ ਹੋ ਜਾਂਦਾ ਉਸ ਵੇਲੇ ਜੇ ਇਸ ਵੇਲੇ ਇਹ ਜਿਹੜੀਆਂ ਗੱਲਾਂ ਨੇ ਇਹ ਸਰਕਾਰਾਂ ਤੇ ਮੰਤਰੀਆਂ ਨੂੰ ਲੈ ਜਾਂਦੀਆਂ ਸਰਕਾਰ ਤੇ ਮੰਤਰੀਆਂ ਨੂੰ ਹੁਣ ਸਿੱਖਣ ਦੀ ਲੋੜ ਹੈ ਸਿੱਖਣ ਦੀ ਲੋੜ ਹੈ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਚੱਕਰ ਦੇ ਵਿੱਚ ਹਾਥੀ ਫਸਿਆ ਹੋਇਆ ਉਹਨੂੰ ਕੱਢਣਾ ਕਿਸ ਤਰੀਕੇ ਨਾਲ ਆ ਹੁਣ ਕੱਢਣ ਵਾਸਤੇ ਜਿਹੜਾ ਹੈਗਾ ਉਹ ਅੱਡੀ ਚੋਟੀ ਦਾ ਜ਼ੋਰ ਤਾਂ ਲਾ ਰਿਹਾ ਪਰ ਕਿਤੇ ਨ ਕਿਤੇ ਗੱਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਦੂਸਰੇ ਪਾਸੇ ਭਗਵੰਤ ਮਾਨ ਹੁਣੇ ਥੋੜੇ ਜਿਹਾ ਬਿਜ਼ੀ ਹੈਗੇ ਕਿਉਂਕਿ ਝੋਣਾ ਝੋਣਾ ਦਾ ਦੌਰ ਹੈਗਾ ਦੂਜੇ ਹਿੱਸੇ ਦੇ ਵਿੱਚ ਦੂਜੀ ਸਟੇਟ ਦੇ ਵਿੱਚ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਪੰਜਾਬ ਵੱਲ ਥੋੜੀ ਜੀ ਨਜ਼ਰਸਾਨੀ ਕਰਨ ਦੇਖਣ ਆ ਕੇ ਕਿ ਪੰਜਾਬ ਜਿਹੜਾ ਹੈ ਉਹ ਕਿਦਾਂ ਦੀਆਂ ਤਰਾਸਦੀਆਂ ਦੇ ਵਿੱਚੋਂ ਦੀ ਲੰਘ ਰਿਹਾ ਲਓ ਜੀ ਗੱਲ ਇਦਾਂ ਹੈ ਕਿ ਜਿਸ ਵੇਲੇ ਅਸੀਂ ਬਿਜਲੀ ਦੇ ਸੰਕਟ ਦੀ ਗੱਲ ਕਰਦੇ ਆਂ ਉੱਥੇ ਫਿਰ ਸਾਨੂੰ ਸਿਆਣੇ-ਸਿਆਣੇ ਜਿਹੜੇ ਪਹਿਲੇ ਸਿਆਸਤਦਾਨ ਸੀਗੇ ਉਹਨਾਂ ਦੀ ਵੀ ਯਾਦ ਆਉਣੀ ਸ਼ੁਰੂ ਹੋ ਜਾਂਦੀ ਆ ਔਰ ਚਾਹੀਦਾ ਤਾਂ ਇਹ ਹੈਗਾ ਕਿ ਜਦੋਂ ਅਸੀਂ ਭਗਵੰਤ ਮਾਨ ਉਹਨਾਂ ਨੂੰ ਇਹ ਹੱਕ ਦਿੱਤਾ ਉਹਨਾਂ ਨੂੰ ਇੱਕ ਕੁਰਸੀ ਜ਼ਿੰਮੇਵਾਰੀ ਵਾਲੀ ਕੁਰਸੀ ਜਿਹੜੀ ਹੈ ਉਹ ਸਹੂਲਤ ਵਜੋਂ ਦਿੱਤੀ ਆ ਜੇ ਤੁਸੀਂ ਸਾਨੂੰ ਸਹੂਲਤਾਂ ਦਿਓਗੇ ਤੇ ਫਿਰ ਜਵਾਬਦੇਹੀ ਵੀ ਜਿਹੜੀ ਹੈ ਉਹ ਇਸ ਸਰਕਾਰ ਦੀ ਆ ਕੱਲਾ ਇਹਦੇ ਨਾਲ ਕੰਮ ਨਹੀਂ ਚੱਲਣਾ ਕਿ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਤੇ ਤੁਸੀਂ ਉੱਥੇ ਕੋਈ ਐਸ ਡੀਓ ਸੁੱਤਾ ਹੋਇਆ ਉਹਦੀ ਵੀਡੀਓ ਬਣਾ ਲਓ ਕੋਈ ਕਲਰਕ ਸੁੱਤਾ ਹੋਇਆ ਉਹਦੀ ਵੀਡੀਓ ਬਣਾਓ ਤੇ ਠੀਕ ਹੈ ਇਹ ਗੱਲਾਂ ਕੁਝ ਹੱਦ ਤੱਕ ਬਹੁਤ ਜਾਇਜ਼ ਲੱਗਦੀਆਂ ਨੇ ਤੇ ਸਰਕਾਰ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਡਿਸਮਿਸ ਕਰਕੇ ਉਹਨਾਂ ਉੱਤੇ ਕੇਸ ਚਲਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਕਿਉਂਕਿ ਜਿਹੜਾ ਡਿਊਟੀ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਉਹ ਫਿਰ 50000 60000 30000 ਜਨ 2 2 ਲੱਖ ਤਨਖਾਹ ਲੈਣ ਦਾ ਕੋਈ ਹੱਕਦਾਰ ਨਹੀਂ ਹੁੰਦਾ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਣਾ ਚਾਹੀਦਾ ਪਰ ਮੰਤਰੀਆਂ ਨੂੰ ਇਹਦੇ ਨਾਲ ਨਾਲ ਦੂਜੇ ਪਾਸੇ ਵੀ ਸੋਚਣਾ ਪੈਣਾ ਕਿਉਂਕਿ ਜਿਹੜੇ ਵੱਡੇ ਮੰਤਰੀ ਨੇ ਜਿਵੇਂ ਹੁਣ ਮੈਂ ਭਗਵੰਤ ਮਾਨ ਹੋਰਾਂ ਦੀ ਗੱਲ ਕਰਨਾ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਕਿ ਬਿਜਲੀ ਉੱਤੇ ਜਿਹੜਾ ਹੈਗਾ ਉਹ ਸਾਡਾ ਕੀ ਵਿਚਾਰ ਹੈ ਕਿੱਦਾਂ ਦੇ ਵਿਚਾਰ ਹੈਗੇ ਇਕੱਲਾ ਇਹ ਐਲਾਨ ਕਰ ਦੇਣਾ ਕਿ 600 ਯੂਨਿਟ ਤੁਹਾਨੂੰ ਫ੍ਰੀ ਹੋ ਗਈ ਜੀ 2 ਮਹੀਨਿਆਂ ਦੀ 300 ਯੂਨਿਟ ਜਿਹੜੀ ਹੈਗੀ ਅਸੀਂ ਵਾਦਾ ਕੀਤਾ ਸੀਗਾ ਉਹ ਅਸੀਂ ਤੁਹਾਨੂੰ 1 ਜੁਲਾਈ ਤੋਂ ਮੈਨੂੰ ਲੱਗਦਾ ਜਿੱਥੋਂ ਤੱਕ ਆ ਵੀ ਜਿੰਨੀ ਜਿੰਨੀ ਲਾਈਟ ਇਸ ਵੇਲੇ ਆ ਰਹੀ ਹੈ ਬਿਜਲੀ ਦਾ ਜਿੰਨਾ ਕੋ ਸੰਕਟ ਖੜਾ ਹੋ ਗਿਆ ਹੈ ਇਹ ਜਿਹੜੀਆਂ ਯੂਨਿਟਾਂ 600 ਤੁਸੀਂ ਸਾਨੂੰ ਫ੍ਰੀ ਕੀਤੀਆਂ ਲੋਕਾਂ ਦਾ ਕਹਿਣਾ ਹੈ ਵੀ ਤੁਸੀਂ ਸਾਨੂੰ ਜਿਹੜੀਆਂ ਇਹ ਯੂਨਿਟਾਂ ਫ੍ਰੀ ਕੀਤੀਆਂ ਹੈਗੀਆਂ ਖਰੇ ਦਸਹਰੇ ਤੱਕ ਵੀ ਨਹੀਂ ਪੂਰੀ ਹੋਣੀਆਂ ਸੋ ਇਸ ਕਰਕੇ ਜ਼ਰੂਰਤ ਹੈ ਕਿ ਬਿਜਲੀ ਜਿਹੜੀ ਹੈਗੀ ਉਹ ਘਰਾਂ ਤੱਕ ਪਹੁੰਚਾਈ ਜਾਵੇ ਬਿਜਲੀ ਦਾ ਸੰਕਟ ਜਿਹੜਾ ਗਹਿਰਾ ਆਇਆ ਹੋਇਆ ਉਹਨੂੰ ਹੱਲ ਕੀਤਾ ਜਾਵੇ ਇਹ ਜਿਹੜਾ ਹਾਥੀ ਐਨ ਚਿੱਕੜ ਵਿੱਚੋਂ ਕੱਢੇ ਜਾਵੇ ਇੱਕ ਵਾਰੀ ਇਸੇ ਤਰ੍ਹਾਂ ਦੇ ਨਾਲ ਗੱਲ ਹੈ ਵੀ ਇੱਕ ਹਾਥੀ ਬਿਮਾਰ ਹੋ ਗਿਆ ਤੇ ਉਹ ਫਸ ਗਿਆ ਚਿੱਕੜ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਅ ਬੜੇ ਵੱਡੇ ਵੱਡੇ ਜਿਹੜੇ ਹੈਗੇ ਆ ਉਹ ਤਨਾਤਰ ਬੰਦੇ ਸੀਗੇ ਦਿਮਾਗੀ ਬੰਦੇ ਸੀਗੇ ਤੇ ਉਹਨਾਂ ਨੇ ਹਾਥੀ ਨੂੰ ਇਸ਼ਾਰੇ ਕੀਤੇ ਵੀ ਕਿਸੇ ਤਰ੍ਹਾਂ ਦੇ ਨਾਲ ਗੋਲ ਹੋ ਕੇ ਜਿਹੜਾ ਹੈ ਗਿਆ ਵੀ ਉਹ ਬਾਹਰ ਨਿਕਲਿਆ ਜਾਂ ਫਿਰ ਕਿਸੇ ਤਰ੍ਹਾਂ ਦੇ ਨਾਲ ਐਦਾਂ ਕਰ ਲਾ ਉਦਾਂ ਕਰ ਲਾ ਬਹੁਤ ਕੋਸ਼ਿਸ਼ਾਂ ਕੀਤੀਆਂ ਸੰਘਲ ਪਾਏ ਉਹਨੂੰ ਬਹੁਤ ਕੁਝ ਕੀਤਾ ਪਰ ਚੱਕਰ ਦੇ ਵਿੱਚ ਫਸਿਆ ਹਾਥੀ ਬਾਹਰ ਨਾ ਨਿਕਲੇ ਹੁਣ ਕੀ ਹੋਇਆ ਰਾਜ ਨੇ ਵੀ ਬੜੀ ਕੋਸ਼ਿਸ਼ ਕੀਤੀ ਫੇਰ ਜੀ ਉਹੀ ਗੱਲ ਕਿ ਸਿਆਣੇ ਦੀ ਸਲਾਹ ਜਿਹੜੀ ਹੈਗੀ ਹੈ ਨਾ ਕਹਿੰਦੇ ਹੁੰਦੇ ਨਾ ਵੀ ਔਲੀ ਦਾ ਖਾਧਾ ਤਾਂ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਹੈ ਸੋ ਸਿਆਣੀ ਕੋ ਗਿਆ ਫਿਰ ਆਜਾ ਕਹਿੰਦਾ ਵੀ ਭਾਈ ਇਦਾਂ ਕਰ ਮੇਰੀ ਕਰ ਮੇਰਾ ਮਸਲਾ ਹੱਲ ਕਰ ਜਿਹੜਾ ਮੇਰਾ ਸਭ ਤੋਂ ਤਾਕਤਵਰ ਹਾਥੀ ਸੀਗਾ ਉਹ ਹੋ ਗਿਆ ਬਿਮਾਰ ਉਹ ਚੱਕਰ ਦੇ ਵਿੱਚ ਗਿਆ ਫਸ ਤੇ ਤੂੰ ਉਹਨੂੰ ਕੱਢਣ ਦੇ ਵਿੱਚ ਸਾਡੀ ਮਦਦ ਕਰ ਕਿਉਂਕਿ ਅਸੀਂ ਉਸ ਜੋ ਜਿਹੜਾ ਹਾਥੀ ਸੀਗਾ ਉਹ ਅਸੀਂ ਉਹ ਜਦੋਂ ਜਵਾਨੀ ਵੇਲੇ ਸੀਗਾ ਤੇ ਉਹਨੂੰ ਅਸੀਂ ਨਾ ਜੰਗਾਂ ਯੁੱਧਾਂ ਦੇ ਵਿੱਚ ਵੀ ਵਰਤਿਆ ਮੈਂ ਨਹੀਂ ਚਾਹੁੰਦਾ ਵੀ ਉਹ ਚੱਕਰ ਦੇ ਵਿੱਚ ਹੀ ਮਰ ਜਾ ਜਿੱਦਣ ਖੜਾ ਖੜਾ ਤੇ ਇਸ ਕਰਕੇ ਤੂੰ ਸਾਨੂੰ ਉਹਨੂੰ ਕੱਢਣ ਵਿੱਚ ਮਦਦ ਕਰ ਸਿਆਣਾ ਕਹਿੰਦਾ ਇਦਾਂ ਕਰੋ ਵੇ ਇਹਦੇ ਆਲੇ ਦੁਆਲੇ ਤੁਸੀਂ ਯੁੱਧ ਵਾਲੇ ਜਿਹੜੇ ਆ ਉਹ ਨਗਾਰੇ ਵਜਾਓ। ਇਹਦੇ ਆਲੇ ਦੁਆਲੇ ਇਦਾਂ ਕੁਝ ਬੰਦੇ ਤਲਵਾਰਾਂ ਵਾਲੇ ਖੜੇ ਕਰ ਦਿਓ। ਕੁਝ ਬੰਦੇ ਜਿਹੜੇ ਹੈਗੇ ਉਹ ਅ ਹਥਿਆਰ ਲੈ ਕੇ ਹੋਰ ਖੜੇ ਕਰ ਦਿਓ। ਆਲੇ ਦੁਆਲੇ ਇਹਦੇ ਘੋੜੇ ਜਿਹੜੇ ਹੈਗੇ ਉਹ ਖੜੇ ਕਰ ਦਿਓ। ਜ਼ੋਰ-ਜ਼ੋਰ ਦੀ ਨਗਾਰਾ ਵਜਾਉਣਾ ਸ਼ੁਰੂ ਕਰ ਦਿਓ। ਇਦਾਂ ਪੈਦਾ ਕਰ ਦਿਓ ਇਹ ਮਾਹੌਲ ਪੈਦਾ ਕਰ ਦਿਓ ਕਿ ਜਿਵੇਂ ਯੁੱਧ ਹੁੰਦਾ ਹੋਇਆ। ਉਹ ਜੀ ਜਦੋਂ ਰਾਜੇ ਨੇ ਉਹਦੀ ਗੱਲ ਮੰਨੀ ਸਿਆਣੇ ਦੀ ਤੇ ਰਾਜੇ ਨੇ ਉਸੇ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ। ਮੈਂਟ ਇੱਕ ਨਹੀਂ ਲੱਗਾ ਨਾਲ ਦੇ ਨਾਲ ਹਾਥੀ ਬਾਹਰ ਆ ਗਿਆ ਆਪਣੀ ਜੋਸ਼ ਦੇ ਨਾਲ ਹੁਣ ਰਾਜਾ ਕਹਿੰਦਾ ਕਹਿੰਦਾ ਸਿਆਣੇ ਨੂੰ ਕਹਿੰਦਾ ਜੀ ਸਾਰਾ ਕੁਝ ਹੋਇਆ ਕਿਦਾਂ ਕਹਿੰਦਾ ਪੁੱਤਰਾ ਵੀ ਗੱਲ ਇਦਾਂ ਆ ਰਾਜਾ ਜੀ ਵੀ ਇਹ ਨਾ ਜਿਹੜਾ ਹਾਥੀ ਆ ਇਹ ਯੁੱਧ ਦਾ ਜਿਹੜਾ ਹੈ ਨਾ ਯੁੱਧ ਵਾਸਤੇ ਪੂਰੀ ਤਰ੍ਹਾਂ ਤਿਆਰਬਰ ਤਿਆਰ ਰਹਿੰਦਾ ਇਹਦੇ ਮਨ ਦੇ ਵਿੱਚ ਇੱਕ ਜਜ਼ਬਾ ਆ ਕਿ ਮੈਂ ਯੁੱਧ ਉੱਤੇ ਜਾਣਾ ਤੇ ਦੁਸ਼ਮਣਾਂ ਨੂੰ ਅਸੀਂ ਜਿਹੜਾ ਹੈਗਾ ਉਹ ਚਿਤ ਕਰਨਾ ਹੈ ਤੇ ਜਦੋਂ ਇਦਾਂ ਦਾ ਮਾਹੌਲ ਪੈਦਾ ਹੁੰਦਾ ਉਹ ਫਿਰ ਆਪਣੇ ਆਪ ਉੱਠਦਾ ਉਹਦੇ ਅੰਦਰੋਂ ਆਵਾਜ਼ ਆਉਂਦੀ ਆ ਕਿ ਹਾਂ ਮੈਂ ਕੁਝ ਕਰਨਾ ਫਿਰ ਉਹ ਮਾਹੌਲ ਜਿੱਦਾਂ ਦਾ ਪੈਦਾ ਜਿਹੜਾ ਹੋਇਆ ਹੋਵੇ ਉਹਦੇ ਵਿੱਚ ਫਿਰ ਉਹ ਆਪਣੇ ਆਪ ਨੂੰ ਸਮਝਦਾ ਕਿ ਵਾਕਏ ਵੀ ਮੈਂ ਯੁੱਧ ਵਾਸਤੇ ਬਣਿਆ ਤੇ ਮੈਂ ਯੋਧਾ ਹਾਂ ਤੇ ਮੈਨੂੰ ਅੱਗੇ ਹੋ ਕੇ ਲੜਨਾ ਪੈਣਾ ਸੋ ਇਹ ਜਿਹੜਾ ਮਾਹੌਲ ਹੈ ਨਾ ਹੁਣ ਇਹ ਪੈਦਾ ਕਰਨ ਦੀ ਜ਼ਰੂਰਤ ਹੈਗੀ ਆ ਆਮ ਆਦਮੀ ਪਾਰਟੀ ਨੂੰ ਭਾਈ ਇਹੋ ਯੁੱਧ ਹੁੰਦਾ ਸਿਆਸਤ ਦੇ ਵਿੱਚ ਇਹ ਬਿਜਲੀ ਸੰਕਟ ਜਿਹੜਾ ਗਹਿਰਾਇਆ ਉਹਦੇ ਵਿੱਚ ਤੁਸੀਂ ਵੀ ਹਾਥੀ ਵਾਂਗੂ ਜਾਗੋ ਤੁਹਾਡੇ ਆਲੇ ਦੁਆਲੇ ਵੀ ਨਗਾਰੇ ਵੱਜ ਰਹੇ ਆ ਤੁਹਾਡੇ ਆਲੇ ਦੁਆਲੇ ਵੀ ਇੱਕ ਯੋਧਾ ਮਾਹੌਲ ਬਣਿਆ ਹੋਇਆ ਆ ਆਓ ਸਾਹਮਣੇ ਹੁਣ ਤੁਸੀਂ ਤੇ ਕੁਛ ਨਾ ਕੁਛ ਕਰਕੇ ਦਿਖਾਓ ਔਰ ਆਸ ਵੀ ਕਰਦੀ ਆ ਇਹ ਆਮ ਆਵਾਮ ਕਿ ਕੁਝ ਨਾ ਕੁਝ ਜੋ ਕਰਨਗੇ ਜ਼ਰੂਰ ਸੋ ਇਹਨਾਂ ਮੁੱਦਿਆਂ ਉੱਤੇ ਤੁਸੀਂ ਵੀ ਵਿਚਾਰ ਕਰਨਾ ਜ਼ਰੂਰ ਪਰ ਰਲ ਕੇ ਰਹਿਣਾ ਜਿਹੜੀ ਮੇਨ ਗੱਲ ਹੈਗੀ ਆ ਕਿ ਰਲ ਕੇ ਰਹਿਣਾ ਕਿਉਂਕਿ ਜਦੋਂ ਉੱਤਰ ਦੱਖਣ ਪੂਰਬ ਪੱਛਮ ਹੋ ਗਏ ਤੇ ਟੁੱਟ ਜਾਓਗੇ ਤੁਸੀਂ ਤੇ ਟੋਟੇ ਜਿਹੜੇ ਹੁੰਦੇ ਉਹ ਬੰਗਾਂ ਦੇ ਵੀ ਮਾੜੇ ਹੁੰਦੇ ਇਸ ਕਰਕੇ ਰਲਕੇ ਰਹਿਣਾ ਸਾਰਿਆਂ ਨੇ ਮਾਹੌਲ ਸ਼ਾਂਤਮਈ ਬਣਾ ਕੇ ਰੱਖਣਾ ਇਹ ਸਾਸ ਦੇ ਨਾਲ ਕਿ ਤੁਸੀਂ ਰਲਕੇ ਵੀ ਰਹੋਗੇ ਮਾਹੌਲ ਵੀ ਸ਼ਾਂਤਮਈ ਬਣਾ ਕੇ ਰੱਖੋਗੇ ਆਪਸੀ ਭਾਈਚਾਰਕ ਕੇਕਤਾ ਅਖੰਡਤਾ ਆਪਸੀ ਭਾਈਚਾਰਾ ਪੰਜਾਬ ਮਿਲ ਯੂਐਸਏ ਟੀਵੀ ਦੇ ਵੱਲੋਂ ਹੀ ਇਹ ਜਿਹੜਾ ਹੈ ਇੱਕ ਮੈਸੇਜ ਦਿੱਤਾ ਜਾਂਦਾ ਕਿ ਤੁਸੀਂ ਰਲਕੇ ਰਹੋ ਪਰ ਇਸੇ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਦੇਖਦੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਸੋ ਹੁਣ ਅੱਜ ਦੇ ਮੁੱਦੇ ਦਾ ਜਿਹੜਾ ਹੈ ਉਹ ਸਮਾਏ ਤੇ ਹੀ ਖਤਮ ਹੁੰਦਾ ਸੋ ਵਕਤੋਂ ਬੇਵਕਤਾ ਆਪਾਂ ਨਹੀਂ ਹੋ ਸਕਦੇ ਆਪਾਂ ਵਕਤ ਸਿਰ ਇਹ ਇਸ ਪ੍ਰੋਗਰਾਮ ਨੂੰ ਹੁਣ ਇਸੇ ਤਰ੍ਹਾਂ ਨਾਲ ਨਿਪੇਟਦੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਬਾਦ ਰਹੋ ਸਵਾਸੀ ਕਾਲ ਦੋਸਤੋ